ਮਿੱਤਰਾਂ ਪਿਆਰਿਆਂ ਨੂੰ ਚੰਦ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਸੋਮਵਾਰ ਦਾ ਦਿਨ ਹੈ, ਵੀਕਐਂਡ ਮੁੱਕਿਆ ਹਜੇ। ਕਈਆਂ ਨੂੰ ਵੀਕਐਂਡ 'ਤੇ ਥਕਾਵਟ ਜ਼ਿਆਦਾ ਹੋ ਜਾਂਦੀ ਹੈ ਅਤੇ ਕਈ ਵੀਕਐਂਡ ਤੋਂ ਬਾਅਦ ਫਰੈਸ਼ ਹੁੰਦੇ ਨੇ। ਅਗਰ ਆਪਾਂ ਮੈਂ ਆਪਣੀ ਗੱਲ ਕਰਾਂ ਤਾਂ ਵੀਕਐਂਡ 'ਤੇ ਥੋੜ੍ਹਾ ਜਿਹਾ ਕੰਮ ਜ਼ਿਆਦਾ ਹੁੰਦਾ, ਬਾਹਰ ਭੱਜ ਦੌੜ ਦਾ। ਕਿਤੇ ਕੱਲ੍ਹ ਜਿਵੇਂ ਸਨ ਫਰਾਂਸਿਸਕੋ ਗਏ ਸੀਗੇ, ਸਨ ਫਰਾਂਸਿਸਕੋ ਦੇ ਵਿੱਚ ਉਹ 26 ਜਨਵਰੀ ਦਿਨ ਉਹਨਾਂ ਨੇ ਮਨਾਇਆ ਸੀਗਾ ਇੰਡੀਅਨ ਕੌਂਸਲੇਟ ਨੇ। ਉਦੋਂ ਪਹਿਲਾਂ ਫਿਰ ਫਰਿਜਨੋ ਗਏ ਸੀਗੇ, ਫਰਿਜਨੋ ਫਿਰ ਲੈਥਰੋਪ ਸਟੂਡੀਓ ਗੇੜੇ ਗੁੜੇ ਮਾਰੇ ਸਾਰੇ। ਸੋ ਇਸ ਕਰਕੇ ਸਾਡੇ ਵਾਸਤੇ ਥੋੜ੍ਹੀ ਜਿਹੀ ਵੀਕਐਂਡ ਜਿਹੜਾ ਉਹ ਭਾਈ ਦੌੜੇ ਵਾਲਾ ਜ਼ਿਆਦਾ ਹੁੰਦਾ। ਚਲੋ ਖੈਰ, ਆਪਾਂ ਵੀਕਐਂਡ ਤੋਂ ਬਾਅਦ ਆ ਗਏ ਹਾਂ ਅਤੇ ਹੁਣ ਆਪਾਂ ਫਿਰ ਗੱਲਾਂ ਬਾਤਾਂ ਆਪਣੀਆਂ ਕਰਦੇ ਹਾਂ। ਵੈਸੇ ਤਾਂ 26 ਜਨਵਰੀ ਲੰਘ ਕੇ ਗਈ ਹੈ ਤਾਜ਼ੀ ਤਾਜ਼ੀ, ਪਰ 26 ਜਨਵਰੀ ਦੀ ਜੇ ਗੱਲ ਕਰੀਏ ਤਾਂ ਮੈਂ ਜ਼ਰੂਰ ਯਾਦ ਕਰਨਾ ਚਾਹੁੰਦਾ ਸਾਡੇ ਉਸ ਅਨੋਖੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ ਜਨਮ ਦਿਹਾੜਾ ਲੰਘ ਕੇ ਗਿਆ 26 ਜਨਵਰੀ ਨੂੰ। ਕੱਲ੍ਹ ਦੀ ਗੱਲ ਕਰੀਏ ਤਾਂ 26 ਜਨਵਰੀ 1682 ਨੂੰ ਉਹਨਾਂ ਦਾ ਪਾਹੂ ਪਿੰਡ ਦੇ ਵਿੱਚ ਜਨਮ ਹੋਇਆ ਸੀਗਾ, ਅੰਮ੍ਰਿਤਸਰ ਦੇ ਵਿੱਚ। ਸੋ ਬਹੁਤ ਵੈਸੇ ਮੈਂ ਚਾਹੁੰਦਾ ਕਿ ਸਾਡੇ ਦਰਸ਼ਕ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਜ਼ਿਆਦਾ ਵਧੀਆ, ਕਿਉਂਕਿ ਉਹਨਾਂ ਨੂੰ ਜਾਣਕਾਰੀ ਜ਼ਿਆਦਾ। ਅਤੇ ਵੈਸੇ ਉੱਦਾਂ ਜੇ ਗੱਲ ਕਰੀਏ ਤਾਂ ਪਿਤਾ ਜੀ ਇਹਨਾਂ ਦੇ ਭਗਤਾ ਸੀ ਅਤੇ ਮਾਤਾ ਜਿਉਣੀ ਸੀ, ਅਤੇ 1699 ਦੇ ਵਿੱਚ ਇਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਉਦੋਂ ਇਹ ਵਿਸਾਖੀ 'ਤੇ ਅਨੰਦਪੁਰ ਸਾਹਿਬ ਗਏ ਸੀ ਅਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ, ਵੈਸੇ ਆਪਣੇ ਪਿਤਾ ਜੀ ਤੋਂ ਪ੍ਰਭਾਵਿਤ ਸੀਗੇ ਬਹੁਤ ਜ਼ਿਆਦਾ, ਕਿਉਂਕਿ ਉਹ ਬਹੁਤ ਜ਼ਿਆਦਾ ਧਾਰਮਿਕ ਖਿਆਲਾਂ ਸੀਗੇ। ਅਤੇ ਹੋਰ ਸੰਖੇਪ ਜੀ ਜਾਣਕਾਰੀ ਜੇ ਦਈਏ ਤਾਂ ਦੱਸਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੈਗੇ ਨੇ ਉਹ ਵੀ ਡਿਊਟੀ ਇਹਨਾਂ ਦੀ ਲਾਈ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਭਾਈ ਮਨੀ ਸਿੰਘ ਜੀ ਦੀ ਅਤੇ ਬਾਬਾ ਦੀਪ ਸਿੰਘ ਜੀ ਦੀ। ਉਹਨਾਂ ਦੀਆਂ 4 ਬੀੜਾਂ ਜਿਹੜੀਆਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਦਾ ਉਤਾਰਾ ਇਹਨਾਂ ਨੇ ਕੀਤਾ ਸੀਗਾ। ਅਤੇ 1699 ਦੀ ਗੱਲ ਕਰੀਏ ਤਾਂ ਉਦੋਂ ਇਹ 17 ਸਾਲ ਦੇ ਸੀਗੇ, ਬਹੁਤ ਮਹਾਨ ਯੋਧਾ ਹੋਏ ਨੇ। ਅਤੇ ਫਿਰ ਜਿਵੇਂ ਕਿ ਆਪਾਂ ਨੂੰ ਪਤਾ ਹੈ ਬਿਨਾਂ ਸਿਰ ਤੋਂ ਲੜੇ ਨੇ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ 4th ਆਪਣਾ, ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਔਰਤਾਂ ਨੂੰ ਬੰਦੀ ਬਣਾ ਲਿਆ ਉਹਨੇ, ਨੌਜਵਾਨਾਂ ਨੂੰ ਬੰਦੀ ਬਣਾ ਕੇ ਲੈ ਕੇ ਜਾ ਰਿਹਾ ਸੀ। ਉਦੋਂ ਫਿਰ ਇਹਨਾਂ ਨੇ ਬਾਬਾ ਦੀਪ ਸਿੰਘ ਜੀ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ 500-500 ਦੇ 2 ਬਣਾਏ ਜਥੇ, ਅਤੇ ਉਦੋਂ ਚੜ੍ਹਾਈ ਕਰਤੀ ਸੀਗੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੀ ਡੈਥ ਅਸੀਂ ਕਹਿ ਲਈਏ ਅਤੇ 11 ਨਵੰਬਰ 1757 ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਹੀ ਹੋਈ ਸੀ। ਬਾਕੀ ਜਾਣਕਾਰੀ ਤੁਸੀਂ ਸਾਡੇ ਨਾਲ ਜਦੋਂ ਸਾਂਝੀ ਕਰਨੀ ਹੋਈ ਤਾਂ ਜ਼ਰੂਰ ਕਰ ਲਿਓ। ਅਤੇ ਬਾਕੀ ਆਪਾਂ ਨਾਲ ਨਾਲ ਕਰ ਜਿਹੜੀ ਗੱਲ ਹੈ ਕਰਨੇ ਥੋੜ੍ਹੀ ਜਿਹੀ 26 ਜਨਵਰੀ ਦੀ ਗੱਲ ਕਰ ਹੀ ਲਈਏ, ਲੰਘ ਕੇ ਗਿਆ ਲੋਕਤੰਤਰ ਦਾ ਗਣਤੰਤਰ। ਗਣਤੰਤਰ ਕਹਿੰਦੇ ਵੀ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀਗਾ 26 ਜਨਵਰੀ ਨੂੰ 1950 ਨੂੰ, ਅੰਬੇਦਕਰ ਸਾਹਿਬ ਨੇ ਜਿਹੜਾ ਲਿਖਿਆ ਸੀਗਾ ਸੰਵਿਧਾਨ ਉਹ ਲਾਗੂ ਹੋਇਆ ਸੀ ਉਹਨਾਂ ਦਾ ਸੰਵਿਧਾਨ ਜਿਹੜਾ ਹੈਗਾ। ਉਹਦੇ ਨਾਲ 17 ਸਾਲ ਬਾਅਦ ਪਹਿਲਾਂ ਤਾਂ ਥੋੜ੍ਹੀ ਛੇੜਛਾੜ ਕੀਤੀ ਗਈ ਉਹਦੇ ਸਰਕਾਰਾਂ ਨੇ ਕੀਤੀ, ਅਤੇ ਕਰਦੇ ਕਰਾਉਂਦੇ ਹੁਣ ਏਡੀ ਵੱਡੀ ਛੇੜਛਾੜ ਜਿਹੜੀ ਹੈ ਮੋਦੀ ਸਾਹਿਬ ਨੇ ਕੀਤੀ ਹੈ, ਜਿਹੜਾ CAA ਬਿੱਲ ਜਿਹੜਾ ਸਿਟੀਜ਼ਨ ਅਮੈਂਡਮੈਂਟ ਬਿੱਲ ਪਾਸ ਕੀਤਾ, ਉਹਦੇ 'ਚ ਕੱਲ੍ਹ ਵੀ ਅਸੀਂ ਗਏ ਸੀ ਅੰਬੈਸੀ ਦੇ ਮੂਹਰੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਮੁਸਲਮਾਨ ਭੈਣ ਭਰਾ ਉਹ ਨਾਰੇ ਲਾ ਰਹੇ ਸੀਗੇ ਅੰਬੈਸੀ ਦੇ ਖਿਲਾਫ਼ ਵੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ। ਅਤੇ ਅੰਦਰ ਕੁਛ ਲੋਕ 2 ਮਤਲਬ ਇਹ ਗਰੁੱਪ ਬਣੇ ਸੀ, ਇੱਕ ਪਾਸੇ ਜਿਹੜੇ ਸੀਗੇ ਕਹਿੰਦੇ ਜੀ ਵੀ ਵੈਲਕਮ CAA ਅਤੇ ਕਹਿੰਦੇ ਸੀ ਵੀ CAA ਹੋਣਾ ਨਹੀਂ ਚਾਹੀਦਾ। ਪਰ ਅਮਿਤ ਸ਼ਾਹ ਸਾਹਿਬ ਨੇ ਵੀ ਕਹਿ ਦਿੱਤਾ ਵੀ ਜੋ ਮਰਜ਼ੀ ਕਰ ਲਓ, ਬਈ ਮੈਂ ਤਾਂ ਨਹੀਂ ਵਾਪਸ ਲੈਂਦਾ ਕਾਨੂੰਨ, ਇਹ ਅਸੀਂ ਤਾਂ ਨਹੀਂ ਵਾਪਸ ਲੈਂਦੇ। ਚਲੋ ਹੁੰਦਾ ਕੀ ਹੈ ਕਾਨੂੰਨ ਵਾਪਸ ਹੁੰਦਾ ਕਿ ਨਹੀਂ ਹੁੰਦਾ ਇਹਦਾ ਪਤਾ ਨਹੀਂ, ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਕਿ ਸੰਵਿਧਾਨ ਦੇ ਨਾਲ ਛੇੜਛਾੜ। ਚਲੋ ਸੰਵਿਧਾਨ ਦੀ ਗੱਲ ਛੱਡੋ, ਸੰਵਿਧਾਨ ਤਾਂ ਅੰਬੇਦਕਰ ਸਾਹਿਬ ਨੇ ਲਿਖਿਆ ਸੀ ਅਤੇ ਬੰਦੇ ਨੇ ਇੱਕ ਬੰਦੇ ਵਧੀਆ ਇਨਸਾਨ ਨੇ ਲਿਖਿਆ ਸੀ, ਅਤੇ ਆਮ ਇਨਸਾਨ ਜਿਹੜੇ ਹੈਗੇ ਉਹਨਾਂ ਨੂੰ ਛੇੜਛਾੜ ਕਰੀ ਜਾਂਦੇ, ਚਾਹੇ ਬਦਲਾ ਕਰੀ ਜਾਂਦੇ, ਹੇਰਾਫੇਰੀ ਕਰੀ ਜਾਂਦੇ। ਪਰ ਅਸੀਂ ਜੇ ਗੱਲ ਕਰੀਏ ਤਾਂ ਸਾਡੇ ਤਾਂ ਇਤਿਹਾਸ ਦੇ ਨਾਲ ਹੀ ਛੇੜਛਾੜ ਸ਼ੁਰੂ ਹੋ ਗਈ ਹੈ ਬਹੁਤ ਹੱਦ ਤੱਕ ਇਤਿਹਾਸ ਦੇ ਨਾਲ, ਵੀ ਇਤਿਹਾਸ ਨੂੰ ਚੇਂਜ ਕਰਨ ਦਾ ਵੀ ਇਹ ਇਤਿਹਾਸ ਨਹੀਂ ਸੀ, ਇਹ ਇਤਿਹਾਸ ਸੀ, ਇਹ ਵੀ ਬਹੁਤ ਵੱਡੇ ਪੱਧਰ 'ਤੇ ਗੱਲਬਾਤ ਸ਼ੁਰੂ ਹੋਈ ਹੈ। ਸੋ ਇਹ ਸਾਰੀਆਂ ਚੀਜ਼ਾਂ ਨਾਲ ਨਾਲ ਹੈਗੀਆਂ ਨੇ। 26 ਜਨਵਰੀ ਸੀਗੀ, ਬਹੁਤ ਵਧੀਆ ਉੱਥੇ ਹੁੰਦੀਆਂ ਝਾਕੀਆਂ ਆਪਾਂ ਦੇਖੀਆਂ, ਜਿਹਨੂੰ ਝਾਕੀਆਂ ਕਹਿ ਦਿੰਦੇ ਹਾਂ ਜਾਂ ਫਲੋਟ ਕਹਿ ਦਿੰਦੇ ਹਾਂ। ਅਤੇ ਪਰ ਖੁਸ਼ੀ ਦੀ ਗੱਲ ਇਹ ਸੀਗੀ ਇਸ ਵਾਰ ਕਿ ਪੰਜਾਬ ਦੀ ਬਹੁਤ ਵਧੀਆ ਝਾਕੀ ਇਹਦੇ ਸ਼ਾਮਿਲ ਸੀਗੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਕ ਪਿਤਾ ਏਕ ਸਕੇ ਹਮ ਬਾਰਕ
ਉਸ ਦੇ ਆਧਾਰ ਦੇ ਵਿੱਚ ਬਹੁਤ ਵਧੀਆ ਝਾਕੀ ਇਹਨਾਂ ਨੇ ਕੱਢੀ ਹੈ, ਚੰਗੀ ਗੱਲ ਹੈ। ਪਰ ਪਿਛਲੇ ਸਾਲ ਜਿਹੜੀ ਹੈ ਉਹ ਪੰਜਾਬ ਦੀ ਝਾਕੀ ਮੇਰੇ ਖਿਆਲ 'ਚ ਸ਼ਾਮਿਲ ਨਹੀਂ ਸੀ ਕੀਤੀ ਗਈ। ਉੱਥੋਂ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਹੁਣ ਇਹ ਵੀ ਜਿਹੜੀਆਂ 26 ਜਨਵਰੀਆਂ 15 ਅਗਸਤ ਹੈਗੇ ਉਹ ਕੁਛ ਲੋਕਾਂ ਵਾਸਤੇ ਤਾਂ ਹੈਗੇ ਨੇ ਬਹੁਤ ਵਧੀਆ, ਕਈਆਂ ਨੂੰ ਛੁੱਟੀ ਹੁੰਦੀ ਆ ਉਹ ਤਾਂ ਵਧੀਆ ਮੰਨਦੇ ਨੇ, ਅਤੇ ਕਈ ਫਿਰ ਚਲੋ ਉੱਦਾਂ ਵੀ ਉਹਨਾਂ ਵਾਸਤੇ ਲੀਡਰਾਂ ਵਾਸਤੇ ਵਧੀਆ ਹੁੰਦਾ ਕਿ ਹਰ ਜਗ੍ਹਾ 'ਤੇ ਜਾਂਦੇ ਆਉਂਦੇ ਨੇ, ਪਰ ਕੁਛ ਲੋਕਾਂ ਵਾਸਤੇ ਉਹ ਵੀ ਇੱਕ ਆਮ ਦਿਨ ਹੁੰਦਾ। ਕਹਿੰਦੇ ਵੀ ਇੱਕ ਮਜ਼ਦੂਰ ਔਰਤ ਆਪਣੀ ਬੱਚੀ ਦੇ ਨਾਲ ਜਾ ਰਹੀ ਸੀ ਕੰਮ 'ਤੇ, ਅਤੇ ਉਹ ਬੱਚੀ ਛੋਟੀ ਜਿਹੀ ਪੁੱਛਦੀ ਹੈ ਮਾਂ ਵੀ ਅੱਜ ਕੀ ਹੈ, ਇੰਨਾ ਸੋਹਣੀ ਸਾਫ਼ ਸਫਾਈ ਕੀਤੀ ਹੈ, ਚੂਨਾ ਸੜਕਾਂ 'ਤੇ ਖਿਲਾਰਿਆ ਹੋਇਆ, ਬੜਾ ਵਧੀਆ, ਕੋਈ ਗੰਦ ਨਹੀਂ, ਅੱਜ ਕਿੰਨੇ ਸੋਹਣੇ ਪੁਲਿਸ ਵਾਲੇ ਕਹਿੰਦੇ ਤੁਰੇ ਫਿਰਦੇ ਆ, ਕਿੰਨੇ ਚੰਗੇ ਲੱਗਦੇ ਐਨ, ਬੜੇ ਵਧੀਆ ਵਧੀਆ ਸਾਫ਼ ਸਾਫ਼ ਜਿਹੇ, ਅਤੇ ਨਾਲ ਨਾਲ ਨਿਆਣੇ ਕਿੰਨੇ ਅੱਜ ਸਾਫ਼ ਸੁਥਰੇ ਨੇ, ਲਾਈਨਾਂ 'ਤੇ ਬਣਾ ਕੇ ਜਾ ਰਹੇ ਨੇ, ਕਿੱਥੇ ਜਾ ਰਹੇ ਨੇ, ਕੀ ਹੈਗਾ। ਉਹਨੇ ਪੁੱਛਿਆ ਸਹਿਜ ਸੁਭਾਅ, ਉਹ ਕਹਿੰਦੀ ਵੀ ਫਟਾਫਟ ਤੁਰੀ ਆ, ਜੇ ਆਪਾਂ ਲੇਟ ਹੋ ਗਏ ਤਾਂ ਠੇਕੇਦਾਰ ਨੇ ਗਾਲਾਂ ਕੱਢਣੀ ਹੈ, ਕੰਮ 'ਤੇ ਦਿਹਾੜੀ 'ਤੇ ਲੇਟ ਹੋ ਗਏ। ਜਦੋਂ ਸੜਕ ਪਾਰ ਕਰਨ ਲੱਗੇ ਤਾਂ ਪੁਲਿਸ ਵਾਲੇ ਨੇ ਮਾਰਿਆ ਦਬਕਾ ਜ਼ੋਰ ਨਾਲ, ਤਾਂ ਦੀਦਾ ਨਹੀਂ ਅੰਨੀ ਹੋਈ ਹੈ, ਇਧਰੋਂ ਮਿਨਿਸਟਰਾਂ ਦੀਆਂ ਗੱਡੀਆਂ ਲੰਘ ਰਹੀਆਂ, ਤੂੰ ਸੜਕ ਪਾਰ ਕਰੀ ਜਾਂਦੀ ਹੈ, ਧੱਕਾ ਮਾਰ ਕੇ ਪਿੱਛੇ ਸਿੱਟਤਾ ਉਸ ਔਰਤ ਨੂੰ। ਤਾਂ ਫਿਰ ਉਸ ਬੱਚੀ ਨੇ ਪੁੱਛਿਆ ਵੀ ਮਾਂ ਤੈਨੂੰ ਪੁਲਿਸ ਵਾਲੇ ਨੇ ਧੱਕਾ ਕਿਉਂ ਮਾਰਿਆ? ਉਹ ਕਹਿੰਦੀ ਪੁੱਤ ਅੱਜ 26 ਜਨਵਰੀ ਹੈ। ਅਤੇ ਉਹਨੇ ਅੱਗੋਂ ਪੁੱਛਿਆ ਵੀ ਇਹ 26 ਜਨਵਰੀ ਕੀ ਹੁੰਦੀ ਹੈ? ਫਿਰ ਉਹਦੀ ਮਾਂ ਕੀ ਦੱਸਦੀ ਵੀ ਇਹ ਸਾਡੀ ਆਜ਼ਾਦੀ ਤੋਂ ਬਾਅਦ ਜਿਹੜਾ ਸੰਵਿਧਾਨ ਲਿਖਿਆ ਸੀ ਇੱਕ ਆਜ਼ਾਦੀ ਦੇ ਨਾਲ ਸੰਬੰਧਿਤ ਹੈਗਾ ਚੀਜ਼, ਦੱਸੋ ਆਜ਼ਾਦੀ ਜਿਹੜੀ ਹੈ ਉਹ ਵੀ ਆਪਾਂ ਹਮੇਸ਼ਾ ਗੱਲ ਕਰੀ ਦੀ ਹੈ, ਕੋਈ ਕਿਸੇ ਤਰ੍ਹਾਂ ਦੀ ਆਜ਼ਾਦੀ ਹੈ ਕਿਸੇ ਤਰ੍ਹਾਂ ਦੀ ਨਹੀਂ ਹੈ। ਚਲੋ ਇਹ ਵੀ ਆਪਾਂ ਗੱਲ ਇੱਕ ਪਾਸੇ ਰੱਖਦੇ ਹਾਂ, ਫਟਾਫਟ ਚੱਲਦੇ ਹਾਂ ਅੱਜ ਦੇ ਕਲਾਕਾਰ ਵਾਲੇ ਪਾਸੇ, ਜਿਹਦੀ ਆਪਾਂ ਗੱਲ ਕਰੀ ਦੀ ਸੁਨਹਿਰੀ ਸਫ਼ਰ ਸਾਂਝਾ ਕਰੀਦਾ ਤੁਹਾਡੇ ਨਾਲ ਕਿਸੇ ਨਾ ਕਿਸੇ ਕਲਾਕਾਰ। ਅੱਜ ਮੈਂ ਸੋਚਿਆ ਕਵਾਲੀਆਂ ਇੱਕ ਦੋ ਜਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਤੁਹਾਡੇ ਨਾਲ ਸਾਂਝਾ ਕਰੀਏ, ਕਿਉਂਕਿ ਉਹ ਵੀ ਇੱਕ ਬਹੁਤ ਉੱਧਰਲੇ ਪੰਜਾਬ ਦੀ ਮਹਾਨ ਹਸਤੀ ਹੋਏ ਨੇ। ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਡੈੱਥ ਹੋ ਗਈ ਸੀਗੀ, 46 ਸਾਲ ਦੀ ਉਮਰ ਸੀਗੀ। ਉਹਨਾਂ ਦੀ ਜੇ ਗੱਲ ਕਰੀਏ ਅੱਜ, ਉਸ ਤੋਂ ਪਹਿਲਾਂ ਗੱਲ ਕਰੀਏ ਇੱਕ ਸਾਡੇ ਢਾਡੀ ਹੋਏ ਨੇ ਦਇਆ ਸਿੰਘ ਦਿਲਬਰ, ਬਹੁਤ ਮਸ਼ਹੂਰ, ਉਹਨਾਂ ਦੀ ਜਿਹੜੀ ਡੈੱਥ ਐਨੀਵਰਸਰੀ ਸੀਗੀ ਉਹ 26 ਜਨਵਰੀ 2006 ਨੂੰ ਸੀ। ਚਲੋ ਇਹ ਵੀ ਇੱਕ ਜਾਣਕਾਰੀ ਹੈ। ਨੁਸਰਤ ਸਾਹਿਬ ਦੀ ਗੱਲ ਕਰੀਏ ਤਾਂ ਕਹਿੰਦੇ ਵੀ 600 ਸਾਲਾਂ ਤੋਂ ਉਹ ਪਟਿਆਲਾ ਘਰਾਣੇ ਦੇ ਵਿੱਚ, ਉਹਨਾਂ ਦਾ ਖਾਨਦਾਨ ਜਿਹੜਾ ਸਾਰਾ ਉਹ ਗਾਇਕੀ ਦੀ ਸੇਵਾ ਕਰਦਾ ਆ ਰਿਹਾ ਸੀਗਾ, ਅਤੇ ਪਿਤਾ ਜੀ ਉਹਨਾਂ ਦੇ ਨਹੀਂ ਸੀ ਚਾਹੁੰਦੇ ਵੀ ਭਾਈ ਇਹ ਇਸੇ ਕੰਮ 'ਚ ਆਵੇ ਕੁਆਲੀਆਂ ਵਾਲੇ 'ਚੋਂ। ਕਹਿੰਦੇ ਵੀ ਜਿੱਦਾਂ ਹੁਣ ਕਹਿੰਦੇ ਆ, ਹੁਣ ਮੇਰਾ ਵੀ ਜਦੋਂ ਮੁੰਡਾ ਛੋਟਾ ਜਿਹਾ ਸੀ ਇਹ ਬੇਟਾ, ਤਾਂ ਉਹਨੂੰ ਪੁੱਛਿਆ ਵੀ ਕਿਸੇ ਨੇ ਪੁੱਛਿਆ ਘਰੇ ਕੋਈ ਗੈਸਟ ਆਏ ਪੁੱਤ ਪਾਪਾ ਵਾਲਾ ਕੰਮ ਕਰਨਾ, ਕਹਿੰਦਾ ਨਹੀਂ ਮੈਂ ਤਾਂ ਚਾਹੀਦਾ ਕੰਮ ਕਰੂੰਗਾ। ਚਲੋ ਕੰਮ ਆਪੋ ਆਪਣੇ ਚਾਹੀਦੇ ਹੁੰਦੇ, ਪਰ ਇਹਨੇ ਨੂੰ ਨਹੀਂ ਸੀ ਲਿਆਉਣਾ ਚਾਹੁੰਦੇ, ਪਰ ਇਹਨਾਂ ਨੇ ਬਹੁਤ ਛੋਟੀ ਉਮਰ 'ਚ 15 ਸਾਲ ਦੀ ਉਮਰ ਦੇ ਵਿੱਚ ਹੀ ਪਿਤਾ ਦੀ ਜੋ ਡੈੱਥ ਹੋਈ ਆ ਉਦੋਂ ਇਹਨਾਂ ਦੇ ਜਿਹੜਾ ਹੁੰਦਾ ਚਿਲਮ ਵਗੈਰਾ ਜੋ ਵੀ ਸੈਰਾਮਨੀ ਹੁੰਦੀ ਹੈ ਉਹਦੇ 'ਤੇ ਗਾਣਾ ਗਾਇਆ ਸੀਗਾ। ਅਤੇ ਇਹ ਆਪਾਂ ਨਾਲ ਨਾਲ ਇਹਨਾਂ ਦੀਆਂ ਇੱਕ ਦੋ ਗਾਣੇ ਵੀ ਸਾਂਝੇ ਕਰਦੇ ਤੁਹਾਡੇ ਨਾਲ, ਕੋਸ਼ਿਸ਼ ਕਰਦੇ ਪਰ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਜ਼ਰੂਰ ਲਵਾਂਗੇ। ਵੈਸੇ ਜਦੋਂ ਕਵਾਲੀਆਂ ਸੁਣਦੇ ਹਾਂ ਤਾਂ ਇੱਕ ਵੱਖਰਾ ਨਜ਼ਾਰਾ ਆਉਂਦਾ। ਪਹਿਲਾਂ ਫਿਲਮਾਂ ਦੀ ਗੱਲ ਕਰੀਏ ਤਾਂ ਪਹਿਲਾਂ ਫਿਲਮਾਂ ਦੇ ਵਿੱਚ ਕਵਾਲੀ ਜ਼ਰੂਰ ਹੁੰਦੀ ਸੀ ਇੱਕ, ਔਰ ਉਸ ਕਵਾਲੀ ਦਾ ਵੱਖਰਾ ਹੀ ਰੰਗ ਹੁੰਦਾ ਸੀਗਾ, ਫਿਰ ਉਹ ਕਵਾਲੀ ਇੰਨੀ ਚੱਲਦੀ ਹੁੰਦੀ ਸੀ ਜਿਹਦਾ ਹਿਸਾਬ ਕੋਈ ਨਹੀਂ। ਸੋ ਨੁਸਰਤ ਸਾਹਿਬ ਨੂੰ ਕਹੀਏ, ਇਹਨਾਂ ਨੂੰ ਸ਼ਹਿਨ ਸ਼ਾਹੇ ਕਵਾਲੀ ਵੀ ਕਹਿ ਦਿੰਦੇ ਸੀਗੇ, ਦਾ ਕਿੰਗ ਆਫ ਦਾ ਕਿੰਗਜ਼, ਰਾਜਿਆਂ ਦਾ ਰਾਜਾ ਵੀ ਇਹਨਾਂ ਨੂੰ ਕਹਿ ਦਿੰਦੇ ਸੀਗੇ। ਗੱਲ ਕਰੀਏ ਫੈਸਲਾਬਾਦ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ ਉੱਧਰਲੇ ਪੰਜਾਬ ਦੇ ਵਿੱਚ, ਅਤੇ ਲੰਡਨ ਦੇ ਵਿੱਚ 16 ਅਗਸਤ 1997 ਨੂੰ ਇਹਨਾਂ ਦੀ ਡੈੱਥ ਹੋਈ ਸੀ। ਬਹੁਤ ਸਾਰੇ ਹੋ ਸਕਦਾ ਸਾਡੇ ਦਰਸ਼ਕਾਂ ਨੇ ਇਹਨਾਂ ਨੂੰ ਦੇਖਿਆ ਹੋਵੇ, ਸੁਣਿਆ ਹੋਵੇ, ਕਿਤੇ ਨਾ ਕਿਤੇ ਕੋਈ ਨਾ ਕੋਈ ਵਾਹ ਵਾਸਤਾ ਪਿਆ ਹੋਵੇ, ਕਿਉਂਕਿ 1997 ਦੀ ਅਗਰ ਗੱਲ ਕਰੀਏ ਤਾਂ 1997 ਨੂੰ ਬੜਾ ਸਮਾਂ ਨਹੀਂ ਹੋਇਆ, 20 ਤੇ 23 22 23 ਸਾਲ ਹੋਏ ਨੇ। ਔਰ ਇਹਨਾਂ ਦੀ ਇੱਕ ਹੋਰ ਜਿਹੜੀ ਖਾਸੀਅਤ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਅਕਸਰ ਸਾਂਝੇ ਕਰਦੇ ਰਹੇ ਦਾ ਕਿ ਸੰਗੀਤ ਦੀ ਕਹਿੰਦੇ ਕੋਈ ਜ਼ੁਬਾਨ ਨਹੀਂ ਹੁੰਦੀ, ਸੰਗੀਤ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਸੋ ਸੰਗੀਤ ਇਹਨਾਂ ਦਾ ਸੁਣਨ ਵਾਸਤੇ, ਰਾਗ ਸੁਣਨ ਵਾਸਤੇ ਬਾਹਰਲੇ ਮੁਲਕਾਂ ਦੇ ਵਿੱਚ ਗੋਰੇ ਵੀ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਬਕਾਇਦਾ ਆਉਂਦੇ ਸੀਗੇ ਔਰ ਆਨੰਦ ਮਾਣਦੇ ਸੀ ਇਹਨਾਂ ਦੀਆਂ ਕਵਾਲੀਆਂ ਦਾ। 46 ਸਾਲ ਦੀ ਉਮਰ ਸੀ ਜਦੋਂ ਡੈੱਥ ਹੋ ਗਈ, ਹਾਰਟ ਅਟੈਕ ਹੋਇਆ ਕਹਿੰਦੇ ਇੱਕਦਮ ਇਹਨਾਂ ਨੂੰ, ਹਾਰਟ ਅਟੈਕ ਹੋਣ ਤੋਂ ਬਾਅਦ ਇੰਗਲੈਂਡ ਦੇ ਵਿੱਚ ਹੀ ਡੈੱਥ ਹੋ ਗਈ ਫਿਰ। ਅਤੇ ਪਰ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਗਾਇਆ ਹੈਗਾ, ਭਾਰ ਕੁਛ ਜ਼ਿਆਦਾ ਹੀ ਸੀ ਇਹਨਾਂ ਦਾ, 135 ਕਿਲੋ ਭਾਰ ਸੀਗਾ, ਇਸ ਕਰਕੇ ਵੀ ਕਾਰਨ ਰਿਹਾ ਹੋਏਗਾ। ਪਰ ਆਪਾਂ ਦੇਖਿਆ ਵੀ ਉਦੋਂ ਵੀ ਕਿਤੇ ਭਾਰੇ ਭਾਰੇ ਬੰਦੇ ਜਿਹੜੇ ਵਿੱਚ ਬਜ਼ੁਰਗ ਤੁਰੇ ਫਿਰਦੇ ਨੇ, ਪਰ ਇਹ ਕੁਦਰਤ ਦੇ ਰੰਗ ਹੁੰਦੇ, ਜਿਹਦੀ ਜਿੰਨੀ ਲਿਖੀ ਹੈ ਉਨੀ ਭੋਗ ਕੇ ਤੁਰ ਜਾਂਦਾ, ਅਤੇ ਉਹਦੀ ਖੇਤੀ ਹੈ ਜੀ ਆਪਣੀ, ਜਦੋਂ ਮਰਜ਼ੀ ਵੱਢੇ, ਕੱਚੀ ਵੱਢ ਲਏ, ਪੱਕੀ ਵੱਢ ਲਏ, ਉਹਦੀ ਮਰਜ਼ੀ ਹੁੰਦੀ ਹੈ। ਸੋ 1997 ਦੇ ਵਿੱਚ ਇਹਨਾਂ ਦੀ ਡੈੱਥ ਹੋਈ ਸੀ। ਗੀਤ ਮੈਂ ਵੈਸੇ ਇਹਨਾਂ ਦੇ ਲਿਆ 4 ਕੱਢ ਕੇ ਕਵਾਲੀਆਂ, ਅਤੇ ਕੋਸ਼ਿਸ਼ ਕਰਾਂਗੇ ਇੱਕ ਅੱਧੀ ਤਾਂ ਹੋਰ ਘੱਟੋ ਘੱਟ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰੀਏ, ਨਹੀਂ ਤਾਂ ਅਦਰਵਾਈਜ਼ ਫਿਰ ਆਪਾਂ ਕਾਲਾਂ ਲੈ ਕੇ ਤੁਹਾਡੇ ਵੱਲੋਂ ਸੁਣਨਾ ਸੁਣਾਉਣਾ ਜ਼ਰੂਰ ਸ਼ੁਰੂ ਕਰਾਂਗੇ ਅੱਜ ਦੇ ਦਿਨ।
ਸੁਣ ਸੁਣਾਉਣ ਦੀ ਗੱਲ ਹੁੰਦੀ ਆ, ਆਪਣੇ ਦਿਲ ਦੇ ਵਲਵਲੇ ਲੱਖਾਂ ਪੰਜਾਬੀਆਂ ਨਾਲ ਸਾਂਝੇ ਕਰਨ ਦੀ ਗੱਲ ਹੁੰਦੀ ਆ, ਔਰ ਉਹਦੇ ਵਿੱਚ ਜੇ ਕਿਸੇ ਨੂੰ ਲਿਖਣ ਦਾ ਸ਼ੌਕ ਆ, ਕਿਸੇ ਨੂੰ ਗਾਉਣ ਦਾ ਸ਼ੌਕ ਆ, ਅਤੇ ਕਿਸੇ ਨੂੰ ਬੋਲਣ ਦਾ ਸ਼ੌਕ ਆ, ਉਹ ਅੱਜ ਪੂਰਾ ਹੁੰਦਾ ਹਰ ਬੰਦੇ ਦਾ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਜਾਣਾਂਗੇ ਤੁਹਾਡੇ ਵਿਚਾਰ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਤੁਹਾਡੀਆਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਪਰ ਮੈਂ ਨਾਲ ਦੀ ਨਾਲ ਉਸ ਤੋਂ ਪਹਿਲਾਂ ਫਿਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਯਾਦ ਕਰਾ ਦੇਵਾਂ ਵੀ ਅੱਜ ਗੱਲਬਾਤ ਇੱਕ ਤਾਂ ਮੈਂ ਸ਼ੁਰੂ ਕੀਤੀ ਹੈ, ਨੁਸਰਤ ਸਾਹਿਬ ਦੇ ਗਾਣੇ ਸਾਂਝੇ ਕਰਨੇ ਸ਼ੁਰੂ ਕੀਤੇ ਆ, ਅਤੇ ਦੂਜਾ ਇਹ ਹੈਗਾ ਕਿ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਮੈਂ ਚਾਹੁੰਦਾ ਵੀ ਸਾਡੇ ਦਰਸ਼ਕ ਕੋਈ ਨਾ ਕੋਈ ਸਾਡੇ ਦਰਸ਼ਕਾਂ ਨੂੰ ਦੱਸੋ। ਬਹੁਤ ਮਹਾਨ ਇਤਿਹਾਸ ਜਿਹੜਾ ਸਾਡਾ ਹੈਗਾ ਉਹ ਤੁਸੀਂ ਦੱਸੋਗੇ ਤਾਂ ਜ਼ਿਆਦਾ ਵਧੀਆ ਰਹੇਗਾ। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਾਣਦੇ ਤੁਹਾਡੇ ਵਿਚਾਰ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਹਿਬ, ਮੈਂ ਗੁਰਦੀਪ ਸੁੰਦਰ ਬੋਲਦਾ ਜੀ। ਜੀ ਸੁੰਦਰ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਹਾਂ ਜੀ, ਜੀ ਸਾਹਿਬ, ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਬੰਦਾ ਬਹਾਦਰ ਦੀ ਵੱਖ ਵੱਖ ਲੜਾਈਆਂ ਵਿੱਚ ਮਦਦ ਕੀਤੀ। ਅਨੋਖੇ ਅਮਰ ਸ਼ਹੀਦ, ਵਾਹ। ਹਾਂਜੀ, ਸਿੰਘ ਜਥੇ ਬਣਾ ਕੇ ਜ਼ੁਲਮਾਂ ਦਾ ਟਾਕਰਾ ਬੜੀ ਦਲੇਰੀ ਨਾਲ ਕਰਦੇ ਰਹੇ। ਬੰਦਾ ਬਹਾਦਰ ਦੀ ਮੌਤ ਤੋਂ ਬਾਅਦ ਇਹਨਾਂ ਜਥਿਆਂ ਨੂੰ ਮਿਸਲਾਂ ਦਾ ਨਾਮ ਦਿੱਤਾ ਗਿਆ। ਅੱਛਾ ਜੀ। ਬਾਬਾ ਦੀਪ ਸਿੰਘ ਜੀ ਨੇ ਸ਼ਹੀਦ ਮਿਸਲ ਦੀ ਵਾਗਡੋਲ ਆਪਣੇ ਹੱਥ ਵਿੱਚ ਲੈ ਲਈ। ਵਾਹ ਜੀ। ਤੇ ਇਹ ਤੋਂ ਬਾਅਦ ਇੱਕ ਕਵਿਤਾ ਜੇ ਸੁਣਾ ਦੇ ਥੋੜੀ ਜਿਹੀ। ਜੀ ਜੀ, ਜ਼ਰੂਰ ਜੀ, ਜ਼ਰੂਰ। ਹਾਂਜੀ, ਬੜਾ ਸੱਚ ਕਹਿਣਾ ਜੀ, ਦੁਨੀਆਂ ਦੀ ਸਭ ਤੋਂ ਸਸਤੀ ਚੀਜ਼ ਹੈ ਸਲਾਹ। ਮੰਗੋ ਇੱਕ ਤੋਂ ਤਾਂ ਹਜ਼ਾਰ ਦਿੰਦੇ ਨੇ। ਹਾਂਜੀ, ਪਰ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਮਦਦ। ਹਜ਼ਾਰ ਤੋਂ ਮੰਗੋ ਤਾਂ ਕੋਈ ਇੱਕ ਦਿੰਦਾ ਹੈ। ਇੱਕ ਦਿੰਦਾ ਹੈ, ਕੀ ਬਾਤ ਹੈ ਜੀ। ਚਾਹੇ ਕਿੰਨੇ ਵੀ ਚੰਗੇ ਕੰਮ ਕਰੋ, ਸ਼ਲਾਘਾ ਨਹੀਂ ਹੁੰਦੀ। ਦੁਨੀਆਂ ਦੀ ਨਜ਼ਰ ਤਾਂ ਤੁਹਾਡੀ ਗਲਤੀ ਉੱਪਰ ਹੁੰਦੀ ਹੈ ਜੀ। ਤੁਸੀਂ ਚਾਹੇ ਕਿੰਨੇ ਵੀ ਇਮਾਨਦਾਰ ਹੋ, ਪਰ ਤੁਹਾਡੇ ਉੱਤੇ ਦੋਸ਼ ਲਾਉਣ ਲਈ ਤਾਂ ਦੁਨੀਆਂ ਜੱਜ ਬਣ ਜਾਂਦੀ ਹੈ। ਜੇ ਤੁਹਾਡੇ ਉੱਪਰ ਕੋਈ ਉਂਗਲੀ ਉਠਾਉਂਦਾ ਹੈ ਜਾਂ ਤੁਹਾਨੂੰ ਖਾਮ ਖਾਈ ਬੇਇੱਜ਼ਤ ਕਰਦਾ ਹੈ, ਤੁਹਾਡੇ ਚੰਗੇ ਕੰਮਾਂ ਵਿੱਚ ਵੀ ਰੋੜਾ ਅਟਕਾਉਂਦਾ ਹੈ, ਤਾਂ ਪਰਵਾਹ ਨਾ ਕਰੋ, ਉਹਨਾਂ ਨੂੰ ਇਗਨੋਰ ਕਰੋ। ਚੰਗੇ ਲੋਕਾਂ ਉੱਪਰ ਉਹੀ ਲੋਕ ਉਂਗਲੀ ਉਠਾਉਂਦੇ ਹਨ ਜਿਹਨਾਂ ਦੀ ਔਕਾਤ ਤੁਹਾਡੀ ਬਰਾਬਰੀ ਕਰਨ ਦੀ ਹੁੰਦੀ ਹੀ ਨਹੀਂ ਹੈ। ਥੈਂਕ ਯੂ ਜੀ। ਕੀ ਬਾਤ, ਬਹੁਤ ਮਿਹਰਬਾਨੀ ਜੀ ਸੁੰਦਰ ਸਾਹਿਬ। ਹੈਲੋ, ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲਦੇ? ਹੈਲੋ, 707 ਏਰੀਆ ਕੋਡ ਤੁਸੀਂ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਗਿੱਲ ਰਣਜੀਤ ਨਾਮ ਆ ਰਿਹਾ ਫੋਨ 'ਤੇ। ਹੈਲੋ, ਧਿਆਨ ਫੋਨ ਵੱਲ ਰੱਖੋ ਜੀ, ਮੈਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ, ਮੈਂ ਹੋਲਡ ਕਰਦਾ, ਫਿਰ ਦੁਬਾਰਾ ਤੁਹਾਡੇ ਵੱਲ ਆਉਣਾ ਹੈ। ਹੈਲੋ, ਹੈਲੋ ਜੱਗੀ ਸਾਹਿਬ। ਵਾਹ ਜੀ ਵਾਹ, ਧੰਨ ਭਾਗ ਜੀ, ਧੰਨ ਭਾਗ। ਮੈਨੂੰ ਕਈਆਂ ਨੇ ਪੁੱਛਿਆ, ਕਹਿੰਦੇ ਮਾਸੀ ਠੀਕ ਹੈ ਤੇਰੀ, ਫੋਨ ਕਰਨੋਂ ਹਟ ਗਈ ਕਿ ਤਾਂ ਲੜ ਪਈ? ਕਹਿੰਦੇ ਮਾਸੀ ਗੋਡਾ, ਮਾਸੀ ਗੋਡਾ ਨਾ ਨਾ, ਕਹਿੰਦੇ ਲੜ ਤਾਂ ਨੀ ਪਈ ਮਾਸੀ ਤੇਰੇ ਨਾਲ? ਮੈਂ ਕਹਿੰਦੀ ਲੜਦੀ ਨੀ ਮਾਸੀ, ਮੈਂ ਕੋਈ ਲੜੀ ਨੀ, ਤੇ ਸਾਰਾ ਫੋਨ ਦੇਖਿਆ ਵੀ ਜੱਗੀ ਸਾਹਿਬ ਤੇਰਾ। ਮੈਂ ਤੁਹਾਡੇ ਘਰੇ ਆ ਕੇ ਕਿਸੇ ਨਾਲ ਸ਼ੂਟਿੰਗ ਕਰਨੀ ਤੁਹਾਡੀ, ਮਾੜਾ ਜਿਹਾ ਹੋਲਡ ਰੱਖਿਓ ਜੀ। ਕਾਲਾਂ ਨਾਲ ਦੀ ਨਾਲ ਹੋਲਡ ਕਰ ਲਈਏ ਜੀ, ਬਹੁਤ ਪਿਆਰ ਜਿਹੜਾ ਤੁਹਾਡਾ ਮਿਲ ਰਿਹਾ ਹੈਗਾ। ਹਾਂਜੀ, ਹੁਣ ਮੈਂ ਕਿਹੜੀ ਗੱਲ ਸੀ ਤੁਹਾਡੀ? ਆਹ ਸੀ। ਹਾਂਜੀ ਹਾਂਜੀ ਹਾਂਜੀ, ਮਾਸੀ ਹੁਣ ਬੋਲੋ। ਹੈਲੋ, ਕੱਟ ਗਈ ਕਾਲ, ਦੁਬਾਰਾ ਕਰ ਲਿਓ ਜੀ, ਮੈਂ ਮੁਆਫੀ ਚਾਹੁੰਦਾ। ਮੈਂ ਕਾਲ ਪਤਾ ਨਹੀਂ ਮੇਰੇ ਤੋਂ ਗਲਤੀ ਨਾਲ ਕੱਟੀ ਗਈ, ਮੈਂ ਹੋਲਡ ਕਰਦਾ ਸੀ ਬਾਕੀ। ਹੈਲੋ, ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਇਹ ਕਾਲਾਂ ਕੱਟੀਆਂ ਜਾ ਰਹੀਆਂ, ਪਤਾ ਨਹੀਂ ਕੋਈ ਚੱਕਰ ਇੱਥੋਂ ਪਿਆ, ਮੇਰੇ ਕੋਲ ਵੀ ਹੱਥ ਜਿਹਾ ਲੱਗਿਆ ਕਾਹੇ 'ਤੇ, ਪਤਾ ਨਹੀਂ ਕੀ ਹੋ ਗਿਆ। ਚਲੋ, ਅਗਲੀ ਕਾਲ ਲੈ ਕੇ ਦੇਖਦੇ ਜੀ। ਹੈਲੋ, 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 ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਹ ਇੱਕ ਮਿੰਟ ਮੈਨੂੰ ਦੇਖਣਾ ਪੈਣਾ ਜੀ, ਕੋਈ ਨਾ ਕੋਈ ਇਹਦਾ ਚੱਕਰ ਕੀ ਹੈਗਾ।
हेलो, दोबारा कॉल मिलाओ जी। सारे जने अगर आवाज़ आती है तो मैं फिर ब्रेक तो बाद हाजिर होना। मैं लगता फोन दे विच मेरे को कोई हाथ हूथ गलत लग गया ते मैं कॉल, क्योंकि चार पांच कॉल जिहड़ियां मैं लईयां तो वह नाल दी नाल कट गईयां। तो मैं ऐ करदे आं, आपां गीत एक देखदे आं नुसरत फतेह अली खान साहब दा, तो उस तो बाद फिर वापस आउने आं, जां उस तो बाद फिर जिमी साहब ब्रेक भी आपां लै सकदे, ऐसी गल नहीं। पर मैनू मैं फोन दा जिहड़ा हैगा वो टैक्निकल पुछना पैणा तुहाडे कोलों जिमी, इहदा कुछ ना कुछ ये हैडफोन जिहा लग्या होया फोन ते, तो उत्ते मेरा हाथ लग गया सीगा, हैडफोन जिहा बणिया होया। चलो खैर, आपां जरूर जी गलबात तुहाडे नाल करदे हां, ते नाल नाल पहिलां फिर इक गीत जिहड़ा हैगा नुसरत साहब दा, कवाली टाइप ही हैगा, नित खैर मंगा आपां सुनिया सी, ये हैगा यादां विछड़े सज्जन दियां आईयां ते अखियां नूं रोणा पै गया। बहुत ही रूहदारी वाले इहनां दियां गीत ने, बहुत रूहदारी वालियां कवालियां ने इहनां दियां, जे गल करिए तां बहुत ही वधिया हैगियां ने। लो तुसी इस कवाली का आनंद माणो, मैं फिर ब्रेक लैंदा आ ते उदू बाद मैं फोन नूं सैट करके इहनूं मिनत मुनतां इहदियां करके तैनूं मनाउणा वी, भाई तूं ऐं ना करिया कर, तूं साडे नाल गरीबां नाल, ते फिर आपां करांगे तुहाडे नाल गल्लां बातां। देखदे रहो जस पंजाबी। ब्रेक तो बाद हाजिर हाँ जी, ते नाल दी नाल मैं दस देवां कि टैलीफोन ते हुण बिल्कुल सही हो गया, गलबात हो गई, इन्ना तय हो गया भी तैनूं मैं कल नूं जा के बाहर कितने खाना खुना खवा के लियाऊंगा, इस करके मन गया। सो हुण कॉल करके अपने दिल की गल जी कहनी चाहुंदे कह सकते हो, कि सुनना सुनना चाहुंदे सुन सुना सकते हो। तो आप कॉल जी हुण आई है ब्रेक के, पहलियां सारियां कॉल कट गईयां सी, मैं माफ़ी चाहुंदा, तो हुण जिहड़ियां नवीं कॉल आ रही वो आप सुनांगे, तो पहली कॉल जी लैंदे हां। हैलो, हाँ जी मनजीत सिंह जी, सत शुक्र है जी, सत श्री अकाल जी, सत श्री अकाल जी। पहलां उह ना कोई प्रॉब्लम आ गई जी, चलो कोई गल नहीं, कोई गल नहीं। हाँ जी, ये देखो जी चल दिया चीजों आँदी रही प्रॉब्लम। हाँ जी हाँ जी, हाँ जी। पहली गल तो सारे बाबा दीप सिंह की शहीदी की बहुत जन्मदिन, जन्मदिन उन्होंने सीगा 26 जनवरी, जन्मदिन सीगा। हाँ जी हाँ जी हाँ जी, सॉरी। तो उन्होंने जिदा वो जो कर गया बंदा नहीं कर सकता, जिन्ना भी वो कलक कलक चुके है ना। बिलकुल बिलकुल, हां जी हां जी। गल हम जरा अपना है ना, कल दिहाड़ा ही मनाया ना, जो अनाउंस ही कर देना चाहिए, जरा इना खफाना पिया भी नागर मुसलमान नहीं देनी जो नहीं करना, क्योंकि एना नुकसान ही है वो अपने मुल्क न। हाँ जी हाँ जी, ये गणतंत्रता दिवस जिहड़ा अच्छा, ये भी देखो पिछे जे किसी ने ना, किसी ने किसी टीवी वाले ने मेरे ख्याल काम करया सी, उन्हें जाके भारत के जिन्हें लीडर ने ना, हाँ जी, उन्होंने पूछा भी 26 जनवरी को की होया सी ते कदों होया सी। हाँ जी हाँ जी, उन्होंने ये नहीं पता, उन्होंने सिर्फ कुर्सी का पता भी कुर्सी किवें लैनी ते कुर्सी ते किवें बैठना। हाँ जी हाँ जी हाँ जी, ये गणतंत्रता दिवस हैगा, कोई आजादी दिवस ही कह देंगे आपां कई। हाँ जी, बाकी तुम गल हम जरा कानून भी बनाया शाह मोहरे किया, मोदी तो बोलता ही नहीं, चपता ही शाह बोलता बड़का मारदा, पर देखो बनता की है। पर अंबेडकर साहब ने सब सब नू बराबर का अधिकार दिता सी, जो उन्होंने संविधान लिखिया ना। हाँ जी हाँ जी, उन्होंने सब नू बराबर का अधिकार दिता सी, पर यह देख लो आके आपको अपने जेडे हुक्म चला लग पे, और योजे हुक्म जिदा के घट गिणती नुकसान बहुत ज्यादा। नहीं नहीं, वो तो इदा हम देखो इतने अमेरिका ही देख लो अपने किन्ने हैपन हुए है, पर इतने इस पासे नहीं कदे भी तुरद जो मर्जी हो जाए, इतने है भी हाँ भी मुस्लिम आ दूसरा है, सिर्फ इंडिया ने पहली बार शुरुआत की है, वैसे माड़ी गल है। हाँ जी, जो शहीन बाग दिल्ली का हैगा, उत्थे देखो किन्ना रोज प्रोटेस्ट होंगे, हजारा बंदा। ये असल च ना, मैं आप पहला भी गल की थी कई बार, मोदी ने राजनीति कह लो चाहे रणनीति कह लो ट्रंप वाली वरती है, उन्हें सिर्फ सिर्फ हिंदू वोट जी उन्होंने खुश करने की कोशिश की, और उन्हें कैलकुलेट कर ली भी हिंदू वोट कली भी मैंने सारी पै जाए तो मैं जित सकता, वो देख लो किसी की गल नहीं करता होर। हाँ जी, बस इलेक्शन के चक्कर सू वोटा पानी चाहिए, दुनिया मरे जितने बाजी जाए, बस 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 उ चक्कर हैगा। चलो खैर, आपां बहुत बहुत चलो बधाई बाबा जी दे जन्मदिन की भी, तो नाल नाल 26 जनवरी कह लो गल। चलो जी, थैंक यू जी, थैंक यू। हैलो हैलो, हाँ जी हाँ जी हाँ जी, वी जली साहब तू मेरा फोन कट देना। हाँ जी, अज मैं सच्ची कटिया सी, मैं नहीं कटिया, अज विच प्रॉब्लम आ गई सी। हाँ मैं तुम दस दी, आवे तुम्हारा फोन ते डॉक्टर कोई। हाँ नहीं नहीं, अज हुण ठीक हो गया, विच मेरे को ना एक सुच कोई होर दबिया गया सी। ओ एक गल हो,
ਹਾਂ ਇੱਕ ਗੱਲ ਹੋਰ ਸੁਣ, ਜਦੋਂ ਅਸੀਂ ਡੇਲੀ ਦੇ ਉੱਤੇ ਤੜਕ ਫੋਨ ਕਰਦੇ ਹਾਂ ਨਾ, ਫੋਨ ਕਰਦੇ ਉਦੋਂ ਵੀ ਕੱਟਿਆ ਜਾਂਦਾ। ਕਦੋਂ ਨਹੀਂ ਫਿਰ ਉਹਦੇ ਚ ਪ੍ਰੋਬਲਮ ਹੋਣੀ ਹੈ, ਮਾੜਾ ਜਿਹਾ ਹੋਲਡ ਰੱਖਿਓ, ਹੁਣ ਨਹੀਂ ਮੈਂ ਕਰਦਾ, ਮੈਂ ਐਨਕਾਂ ਲਾ ਕੇ ਨਾ ਹੁਣ ਮੈਂ ਤਾਂ ਐਨਕਾਂ ਲਾਈਆਂ ਹੋਈਆਂ ਹੁਣ ਤਾਂ ਖੈਰ, ਐਨਕਾਂ ਲਾ ਕੇ ਮੈਨੂੰ ਫਿਰ ਘੱਟ ਕਈ ਵਾਰੀ ਦਿਸਦੇ ਨੇ ਅੱਖਰ। ਹੈਲੋ, ਹਾਂਜੀ ਹਾਂਜੀ ਬੋਲੋ ਜੀ। ਸਾਲ ਹੈਗੇ ਮੈਨੇਜਰ ਜੀ ਕਿਤੇ ਪੜ੍ਹ ਲਿਖ ਕੇ ਵੱਡਾ ਹੋ ਕੇ ਮੈਂ ਵੀ ਮੈਨੇਜਰ ਬਣੂੰਗਾ। ਥੈਂਕ ਯੂ ਤੁਹਾਡਾ ਕਾਲ ਕਰਨ ਦਾ, ਬਹੁਤ ਧੰਨਵਾਦ ਜੀ। ਹੈਲੋ 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 ਹਾਂਜੀ ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਧੀਰ ਸਾਹਿਬ, ਮਾੜਾ ਜਿਹਾ ਹੋਲਡ ਕਰਾਂਗਾ ਤਾਂ ਫੋਨ ਤੁਹਾਡਾ ਅੱਧੇ ਸਕਿੰਟ ਵਾਸਤੇ ਅਤੇ ਹਾਲੋ ਨਹੀਂ ਏ ਸੀ ਕਾਲ। ਹੈਲੋ ਹਾਂਜੀ ਧੀਰ ਸਾਹਿਬ। ਹਾਂਜੀ ਮੈਂ ਬਾਬਾ ਦੀਪ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ। ਬਹੁਤ ਬਹੁਤ ਜੀ ਮੁਬਾਰਕ ਅਤੇ ਹਾਂਜੀ ਕੱਲ 26 ਜਨਮ ਦੇ ਦਿਨ ਉਹਨਾਂ ਦਾ ਜਨਮ ਦਿਨ ਸੀ ਤੇ ਮਾਤਾ ਪਿਤਾ ਨਾਂ ਤੁਸੀਂ ਦੱਸ ਦਿੱਤਾ ਤੇ ਇਹ 17 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਛੋਟੇ ਸਨ। ਅੱਛਾ ਜੀ। ਇਹ ਹਾਂਜੀ ਜਦੋਂ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਇਹ ਉੱਥੇ ਸੀ ਤੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਲਾ ਘਰ ਕਮਲਾ ਤੋਂ ਅੰਮ੍ਰਿਤ ਦੀ ਦਾਤ ਲਈ ਸੀ। ਯੋਧੇ ਦੇਖ ਲਓ ਜੀ ਕਿੱਡੇ ਸੀ, ਕਿੰਨੀ ਪਰਮਾਤਮਾ ਨੇ ਕੰਧ ਕਾਠ ਬਖਸ਼ਿਆ, ਬਹਾਦਰੀ ਕਿੰਨੀ ਬਖਸ਼ੀ। ਉਸ ਵੇਲੇ ਬਾਬਾ ਦੀਪ ਸਿੰਘ ਥੋੜੀ ਥੋੜੀ ਦਾੜੀ ਆਉਂਦੀ ਸੀ ਜਦੋਂ ਇਹ ਅਨੰਦਪੁਰ ਸਾਹਿਬ ਸੀਗੇ ਤੇ ਇਹਨਾਂ ਨੇ ਬਾਬਾ ਦੀਪ ਸਿੰਘ ਨੇ ਕਿਹਾ ਕਿ ਗੁਰੂ ਜੀ ਮੈਨੂੰ ਵੀ ਆਗਿਆ ਦਿਓ, ਮੈਂ ਇਹਨਾਂ ਤੁਰਕਾਂ ਦੇ ਬਾਹੂ ਲਾ ਰਿਹਾ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਵੱਲ ਦੇਖ ਕੇ ਥੋੜਾ ਜਿਹਾ ਮੁਸਕਰਾਏ ਤੇ ਕਿਹਾ ਦੀਪ ਸਿੰਘ ਤੇਰਾ ਵੀ ਇੱਕ ਵਕਤ ਆਏਗਾ ਜਦੋਂ ਤੂੰ ਧਰਮ ਕੌਮ ਦੇ ਲਈ ਆਪਣਾ ਸੀਸ ਕੁਰਬਾਨ ਕਰੇਗਾ। ਅੱਛਾ, ਉਸ ਤੋਂ ਬਾਅਦ ਫਿਰ ਇਹਨਾਂ ਦੇ ਪਿਤਾ ਜੀ ਜਿਹੜੇ ਭਗਤਾ ਜੀ ਸੀ ਉਹ ਵਿਆਹ ਕਰਨ ਦੇ ਲਈ ਗੁਰੂ ਜੀ ਤੋਂ ਆਗਿਆ ਲੈ ਕੇ ਚਲੇ ਗਏ ਭਗਤ ਜੀ ਸਿੰਘ ਨੂੰ ਲੈ ਕੇ ਤੇ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਤੇ ਹਮਲਾ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਵਿਛੋੜਾ ਜੋ ਕੁਛ ਹੋਇਆ ਆਪਾਂ ਨੂੰ ਸਭ ਪਤਾ ਤੇ ਜਦੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਿਆ ਵੀ ਗੁਰੂ ਜੀ ਦੇ ਉੱਤੇ ਇੰਨੀਆਂ ਮੁਸੀਬਤਾਂ ਆਈਆਂ ਨੇ ਤਾਂ ਵਿਆਹ ਨੂੰ ਵਿੱਚੇ ਹੀ ਛੱਡ ਕੇ, ਵਿਆਹ ਅਜੇ ਹੋਇਆ ਨਹੀਂ ਸੀ ਘਰ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ, ਵਿੱਚੇ ਹੀ ਛੱਡ ਕੇ ਘੋੜੀ ਤੇ ਮਾਰੀ ਲੱਤ ਚੜ੍ਹ ਪਏ ਪਿੰਡੋ ਪਿੰਡ ਲੱਭਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾ ਕੇ ਤਲਵੰਡੀ ਸਾਬੋ ਜਾ ਕੇ ਉੱਥੇ ਮਿਲਾਪ ਹੋਇਆ। ਅੱਛਾ ਜੀ। ਤੇ ਅੱਖਾਂ ਭਰ ਕੇ ਗੁਰੂ ਸਾਹਿਬ ਤੋਂ ਇਹਨਾਂ ਨੇ ਮਾਫੀ ਮੰਗੀ ਕਿ ਤੁਹਾਡੇ ਨਾਲ ਆਹ ਕੁਛ ਹੋਇਆ ਤੇ ਮੈਂ ਉੱਥੇ ਛੱਡ ਕੇ ਆ ਗਿਆ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹਿੱਕ ਨਾਲ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਫੇਰ ਤਿਆਰ ਕਰਵਾਈ। ਭਾਈ ਮਨੀ ਸਿੰਘ ਲਿਖ ਰਿਹਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਕਰਵਾ ਰਹੇ ਸੀ ਤੇ ਬਾਬਾ ਦੀਪ ਸਿੰਘ ਕਲਮਾ ਘੜੀ ਜਾ ਰਹੇ ਸੀ। ਅੱਛਾ ਜੀ। ਅੱਛਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਸਰਹੰਦ ਗੇਟ ਦਾ ਫਰਕਾਈ ਉੱਥੇ ਸੀ। ਅੱਛਾ ਜੀ। ਬਾਬਾ ਬੰਦਾ ਸਿੰਘ ਬਹਾਦਰ ਨਾਲ ਤੋਂ ਦੇਖੋ ਇਹਨਾਂ ਦਾ ਜਿਹੜਾ ਖੰਡਾ ਸੀ ਉਹ 18 ਸੇਰ ਦਾ ਸੀ। 18 ਸੇਰ ਕਿਲੋ ਤੋਂ ਵੱਡਾ ਹੁੰਦਾ ਸੀ, ਸਵਾ ਕਿਲੋ ਦਾ ਸੇਰ ਹੁੰਦਾ ਸੀ। ਹਾਂਜੀ, 18 ਸੇਰ ਦਾ ਖੰਡਾ ਸੀ ਤੇ ਖੰਡਾ ਚਲਾਉਣ ਦੇ ਵਿੱਚ ਬਹੁਤ ਮਹਾਰਤ ਰੱਖਦੇ ਸੀ। ਅੱਛਾ, ਉਸ ਤੋਂ ਬਾਅਦ ਫਿਰ ਜਕਰੀਆ ਖਾਨ ਦਾ ਦੌਰ ਆਇਆ, ਸ਼ਹੀਦੀਆਂ ਦਾ ਦੌਰ ਚੱਲ ਪਿਆ ਤੇ ਇਹ ਵੀ ਲੜਾਈਆਂ ਦੇ ਵਿੱਚ ਕਾਹਨੂੰ ਵਾਨ ਦੇ ਛੋਟੇ ਘੱਲੂ ਘਰ ਦੇ ਵਿੱਚ ਵੀ ਇਹ ਸ਼ਾਮਿਲ ਸੀ। ਉਸ ਤੋਂ ਬਾਅਦ ਆਪਣੇ ਫੇਰ ਪਿੰਡ ਇੱਧਰ ਮਾਲਵੇ ਵੱਲ ਫੇਰ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਦਮਦਮੀ ਟਕਸਾਲ ਦਾ ਪਹਿਲਾ ਜਥੇਦਾਰ ਵੀ ਸਥਾਪਿਤ ਕੀਤਾ। ਅੱਛਾ ਜੀ। ਸ਼ਹੀਦ ਇਹਨਾਂ ਦੀ ਮਿਸਲ ਸੀ। ਠੀਕ ਹੈ ਜੀ। ਹਾਂਜੀ, ਉਹ ਇਸੇ ਸ਼ਹੀਦ ਮਿਸਲ ਦੇ ਵਿੱਚ ਜਾ ਕੇ ਅੱਗੇ ਅਕਾਲੀ ਫੂਲਾ ਸਿੰਘ ਹੋਏ ਨੇ।
अच्छा जी ठीक है जी। हाँ जी अच्छा उस तो बाद फिर जो अमान अमान खान ने हरिमंदर साहब से कब्जा कर लिया तो बाबा गुरबख्श सिंह अपने 30 सिंघां दे नाल उत्थे शहीद हो गए ते इन्हां नूं पता लग्गिया इन्हां ने नगारा बजाया ते पिंडां तों सिंघ इकट्ठे हो गए 4000 तकरीबन इकट्ठे हो गए ते फिर इन्हां ने लकीर कढ़ी ते ओह लकीर कढ़ के क्या वी जिहड़े जिन्हां नूं तां जान प्यारी आ ओह तां लकीर ना टप्पण जिन्हां नूं जान नहीं प्यारी ओह अगे लाइन टप जान सारी लाइन टप गए सी लकीर टप गए सी। पंज मील रह गया सी अमृतसर जदों हां जी इन्हां दी युद्ध होया बहुत उत्थे ते उत्थे लड़ाई दे विच जिहड़ा सी जहान खान ओह नौजवान इहदी ओहनूं भी इन्हां ने कतल करता ते बड़े बहुत लड़ाई हुई ते इन्हां दे गर्दन ते भी बार बजिया ते गर्दन भी इन्हां दी कट्टी गई सी। तां बाबा नौ सिंह सी जिहड़े महाराजा रणजीत सिंह दे परदादा ਉਹ ਵੀ ਇਸ ਲੜਾਈ ਦੇ ਵਿੱਚ ਬਾਬਾ ਜੀ ਦੇ ਨਾਲ ਸੀ। ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਮੈਂ ਹਰਿਮੰਦਰ ਸਾਹਿਬ ਜਾ ਕੇ ਸ਼ਹੀਦੀ ਦਿਆਂਗਾ ਤੁਸੀਂ ਤਾਂ ਇੱਥੇ ਹੀ ਡਿੱਗ ਚੱਲੇ ਇਕਦਮ ਉੱਠੇ ਤੇ ਲੜਦੇ ਹੋਏ ਫਿਰ ਅਖੀਰ ਅੰਮ੍ਰਿਤਸਰ ਪਹੁੰਚੇ ਤੇ ਗੁਰੂ ਰਾਮਸਰ ਦੇ ਗੁਰਦੁਆਰੇ ਦੇ ਕੋਲ ਆ ਕੇ ਇਹਨਾਂ ਨੇ ਸ਼ਹੀਦੀ ਦਿੱਤੀ ਜਿੱਥੇ ਅੱਜ ਗੁਰਦੁਆਰਾ ਬਣਿਆ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਦੇ ਨਾਂ ਤੇ। ਮਿਹਰਬਾਨੀ ਧੀਰ ਸਾਹਿਬ ਬਹੁਤ ਵਧੀਆ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਬਹੁਤ ਮਿਹਰਬਾਨੀ ਤੁਹਾਡੀ। ਓਕੇ ਜੀ ਥੈਂਕ ਯੂ ਸਰ ਥੈਂਕ ਯੂ। ਹੈਲੋ ਹੈਲੋ ਜੀ ਸੁਰਿੰਦਰ ਸਿੰਘ ਜੀ। ਹਾਂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਫੋਨੇ ਬੜੀਆਂ ਕਮਾਲਾਂ ਕੀਤੀਆਂ 3-4 ਵਾਰੀ ਕੱਟ ਗਿਆ। ਹਾਂ ਉਹ ਕੱਟ ਗਿਆ ਸੀ ਉਹ ਬਸ ਮਤਲਬ ਸੋਚ ਸਮਝਿਆ ਵਾਧੂ ਘੱਟ ਕੋਈ ਦੱਬਿਆ ਗਿਆ ਸੀ ਜਿਹੜਾ ਕਿਤੇ ਉਹ ਪਤਾ ਨਹੀਂ ਫਿਰ ਕੱਟ ਜਾਂਦੀ ਸੀ ਕੱਲ। ਹਾਂ ਜੀ ਹੁਣ ਨਹੀਂ ਕੱਟਦੀ। ਕੀ ਕਹਿਣਾ ਚਾਹੁੰਦੇ? ਬਾਕੀ ਤਾਂ ਭਾਈ ਨੂੰ ਦੱਸੇ ਗਏ ਜਦੋਂ ਫਿਰ ਇਹਨਾਂ ਨੂੰ ਪਤਾ ਲੱਗਾ ਜਾ ਕੇ ਉੱਥੇ ਤਲਵੰਡੀ ਸਾਬੋ ਮੇਲ ਹੋਏ ਤਾਂ ਫਿਰ ਮਾਲਾ ਚ ਉੱਥੇ ਇਹਨਾਂ ਨੂੰ ਛੱਡ ਕੇ ਤਾਂ ਆਪ ਚੱਲ ਗਿਆ ਨੰਦੇੜ ਸਾਹਿਬ ਨੂੰ ਤੇ ਇਹਨਾਂ ਨੂੰ ਫਿਰ ਉੱਥੇ ਬਾਬਾ ਜੀ ਨੇ 4 ਮੀਲਾਂ ਲਿਖਿਆ ਸੀ ਤਾਜ ਤਖਤਾਂ ਤੇ ਪਈਆਂ ਤੇ 5 ਮੀਲ ਸੀ ਅਰਬੀ ਦੇ ਵਿੱਚ ਇੱਕ ਮੀਲ ਇਹਨਾਂ ਨੇ ਅਰਬੀ ਭਾਸ਼ਾ ਦੇ 4 ਲਿਖੀਆਂ ਦੂਜੀਆਂ ਉਹ 4 ਹੁਣ ਪ੍ਰਕਾਸ਼ ਹੈ ਤੇ ਫਿਰ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਆ ਗਿਆ ਉਹਨਾਂ ਵੀ ਜੰਗਾਂ ਚ ਉੱਧਰ ਹਿੱਸਾ ਲੈਂਦੇ ਰਹੇ ਫਿਰ ਸਾਬੋ ਕੀ ਤਲਵੰਡੀਆਂ ਨੂੰ ਪਤਾ ਲੱਗਾ ਵੀ ਇੱਕ ਤਾਂ ਆਪਣੇ ਅਟੈਕ ਹੋ ਗਿਆ ਦਰਬਾਰ ਸਾਹਿਬ ਤੇ ਉੱਥੋਂ ਫਿਰ ਚੱਲੇ ਸੀ ਲਕੀਰ ਖਿੱਚ ਕੇ ਇਹ ਤੇ ਜਿਹੜੀ ਆਪਣੀ ਦਮਦਮੇ ਚ ਸਹਾਰ ਆ ਉਦੋਂ ਬਾਬਾ ਦੀਪ ਸਿੰਘ ਉਹਨਾਂ ਤੋਂ ਸ਼ੁਰੂ ਹੋਈ ਸੀ ਉਹਨਾਂ ਦੇ ਉਹ ਜੀ 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 ਤੇ ਮਹਾਰਾਜ ਛੱਡ ਕੇ ਗਏ ਸੀ ਇਹਨਾਂ ਨੂੰ। ਠੀਕ ਹੈ ਜੀ ਆਪਣਾ ਕੁਛ ਜੇ ਹੈਗਾ ਟਾਈਮ ਦੋ ਲਾਈਨਾਂ ਸੁਣਾ ਦਿਓ ਹਾਂਜੀ ਇਤਿਹਾਸ ਤਾਂ ਆਪਾਂ ਨੂੰ ਦੱਸੋ ਜੀ। ਹਾਂਜੀ ਬਾਪੂ ਆਪਣੇ ਭਗਤ ਸਿੰਘ ਬਾਰੇ ਕਾਲ ਨੇ 26 ਲੰਘ ਕੇ ਗਈ ਆ ਜੀ ਜੀ ਮਾਂਗਾਇਆ ਭਗਤ ਸਿਆ ਜੀਦੇ ਦਿਲ ਵਿੱਚ ਸਦਰਾਂ ਲੱਖਾਂ ਮੈਂ ਅਮਰ ਕੌਰ ਪੈਣਾ ਕੋਲੇ ਭਰੀ ਖੜੀਆਂ ਅੱਖਾਂ ਆਖਰ ਨੀ ਮਿਲਨੀ ਨੂੰ ਆਈ ਮੈਂ ਦੇਈ ਹਮਸ਼ੀਰਾ ਪੇਤੋਂ ਇੱਕ ਮਾਤਾ ਦੇ ਮੁੜ ਕੇ ਜਨਮ ਨੀ ਲੈਣਾ ਵੀਰਾ ਇਸ ਤੋਂ ਬਿਨਾਂ ਝੂਠੇ ਨੇ ਰਹਿਤੇ ਜਿਹੜੇ ਲੰਮੇ ਚੌੜੇ ਆਪਣੇ ਮਾਂ ਜਾਇਆ ਵੇ ਸਾਂਝਾ ਖੂਨ ਰਗਾਂ ਵਿੱਚ ਦੌੜੇ ਜਿਸ ਖੂਨ ਬਜੀ ਮੈਂ ਉਸੇ ਰੱਖ ਦੇ ਬਣੇ ਸਰੀਰਾ ਮਾਂ ਪਿਓ ਤੇ ਭੈਣ ਭਰਾ ਮੁੜਨਾ ਮਿਲਦੇ ਪੁੱਤਰ ਧੀਆਂ ਮੁੜ ਇੱਕ ਥੈ ਜੰਮਣਾ ਨਾ ਆਪਾਂ ਇਸ ਟੱਬਰ ਦੇ ਜੀਆਂ ਕਰ ਜਾਦ ਵਿਛੋੜੇ ਨੂੰ ਚੰਦਰਾ ਚਿੱਤ ਨਹੀਂ ਬਣਦਾ ਤੀਰਾ ਤੇ ਤੂੰ ਇੱਕ ਮਾਤਾ ਦੇ ਮੁੜ ਕੇ ਹਾਲਮ ਨਹੀਂ ਲੈਣਾ ਵੀਰਾ ਚਲੋ ਮਿਹਰਬਾਨੀ ਪੈਦਾ ਕੀਤਾ ਜਿਸ ਮਹਿੰਗਾ ਸਿੱਪੀ ਨੇ ਮੋਤੀ ਉਹ ਪਿਆਰੀ ਮਾਤਾ ਵੀ ਕੋਲੇ ਮੂਰਤ ਬਣੀ ਖਲੋਤੀ ਸਨ ਮਾਂ ਦੀਆਂ ਸਦਰਾਂ ਵੇ ਘੋੜੀ ਚੜਦਾ ਬਨ ਕੇ ਜੀਰਾ ਪੇਟੋਂ ਇੱਕ ਮਾਤਾ ਦੇ ਮੁੜ ਕੇ ਜਨਮ ਨੀ ਲੈਣਾ ਵੀਰਾ। ਮਿਹਰਬਾਨੀ ਸੁਰਿੰਦਰ ਸਿੰਘ ਜੀ ਮਿਹਰਬਾਨੀ ਬਹੁਤ ਤੁਹਾਡੀ। ਧੰਨਵਾਦ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ। ਬੜਾ ਵਧੀਆ ਗੱਲਾਂ ਬਾਤਾਂ ਸਿਲਸਿਲਾ ਚੱਲਦਾ ਤੁਸੀਂ ਵੀ ਕਾਲ ਕਰਕੇ ਆਪਣੀ ਸ਼ਮੂਲੀਅਤ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਬੜੀ ਚੰਗੀ ਗੱਲ ਹੈਗੀ ਆ ਕਿ ਨਾਲ ਦੀ ਨਾਲ ਚਲੋ ਆਪਾਂ ਮਨੋਰੰਜਨ ਦੀ ਹਮੇਸ਼ਾ ਗੱਲ ਕਰੀ ਦੀ ਹੈ ਪਰ ਅੱਜ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਗੱਲਬਾਤ ਹੋ ਰਹੀ ਹੈ। ਕਾਫੀ ਇਤਿਹਾਸ ਸਾਡੇ ਦਰਸ਼ਕਾਂ ਨੇ ਦੱਸਤਾ, ਫਿਰ ਵੀ ਕੋਈ ਹੋਰ ਜਾਣਕਾਰੀ ਵੱਖਰੀ ਹੋਵੇ ਇਸ ਇਹਨਾਂ ਗੱਲਾਂ ਬਾਤ ਤੋਂ ਜ਼ਰੂਰ ਸਾਂਝੀ ਕਰ ਸਕਦੇ ਹੋ। ਕਾਲ ਲੈਂਦੇ ਹੈਲੋ ਹੈਲੋ
ਜੀ ਸਤਿ ਸ਼੍ਰੀ ਅਕਾਲ ਜੀ, ਉਹੀ ਫੋਨ 209 ਏਰੀਆ ਕੋਡ ਹੈ, ਗਿੱਲ ਰਣਜੀਤ ਨਾਮ ਉੱਤੇ ਆ ਰਿਹਾ ਫੋਨ ਤੇ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਗਿੱਲ ਰਣਜੀਤ ਗਿੱਲ ਹਰਜੀਤ ਬੋਲ ਰਹੇ ਹੈ? ਹਾਂਜੀ ਹਰਜੀਤ ਗਿੱਲ ਨਹੀਂ, ਫਿਰ ਨਾਮ ਤੇ ਫੋਨ ਦਾ ਰਣਜੀਤ ਗਿੱਲ ਆ ਰਿਹਾ ਤੇ ਤੁਹਾਡਾ? ਅੱਛਾ ਵਾਈਫ ਦੇ ਨਾਂ ਹੋਣਾ ਹੈਗਾ ਆ। ਅੱਛਾ ਅੱਛਾ, ਉਹਨਾਂ ਦਾ ਨਾਂ ਰਣਜੀਤ ਹੈ। ਅੱਛਾ ਠੀਕ ਹੈ। ਹਾਂਜੀ ਹਾਂਜੀ ਹਾਂਜੀ, ਨਹੀਂ ਸਾਰਾ ਕੁਛ ਘਰ ਦਾ ਮੈਂ ਵੀ ਦੇਖਿਆ, ਸਾਡੇ ਵੀ ਇੰਡੀਆ ਵੀ ਜਦੋਂ ਸੀਗੇ ਸਾਰਾ ਕੁਛ ਵਾਈਫ ਦੇ ਨਾਂ ਹੀ ਹੈ, ਵਾਈਫ ਦੇ ਨਾਂ ਹੀ ਹੁੰਦਾ ਤਕਰੀਬਨ। ਚਲੋ ਬੜੀ ਚੰਗੀ ਗੱਲ। ਹਾਂਜੀ ਕੀ ਸੁਣਾਉਣਾ, ਸੁਣਾਓਗੇ ਸਾਡੇ ਦਰਸ਼ਕਾਂ ਨੂੰ? ਇਹ ਬਾਹਰ ਆ ਬਾਬਾ ਦੀਪ ਸਿੰਘ ਦੀ? ਜ਼ਰੂਰ ਜੀ ਜ਼ਰੂਰ, ਬਹੁਤ ਵਧੀਆ। ਹਾਂਜੀ ਹਾਂਜੀ, ਬਹੁਤ ਵਧੀਆ ਲੱਗੂ। ਬਾਬਾ ਦੀਪ ਸਿੰਘ ਜੋਸ਼ ਵਿੱਚ ਬੋਲਿਆ, ਕੋਈ ਦਿਨ ਖੇਡ ਲਾ ਮੌਜਾ ਮਾਣ ਲਾ, ਤੈ ਭੱਜ ਜਾਣਾ ਓਏ ਕੰਗੜਾ ਕੱਚ ਦਿਆ। ਬਾਬਾ ਦੀਪ ਸਿੰਘ ਜੋਸ਼ ਵਿੱਚ ਬੋਲਿਆ, ਲਕੀਰ ਖਿੱਚ ਕੇ ਖੰਡਿਆ ਦਿੱਤੀ ਬਾ, ਕਹਿੰਦਾ ਟੱਪਿਓ ਲਕੀਰ ਓਈ ਓ ਸੂਰਮਾ, ਓਈ ਓ ਸੂਰਮਾ, ਜਿਹਨੂੰ ਧਰਮ ਲਈ ਮਾਰ ਨਿੰਦਾ ਚਾ, ਆਪਾਂ ਮੁਗਲ ਦਰਾਨੀ ਇੱਥੋਂ ਕੱਢਣੇ, ਦੇਣਾ ਜਾਲਮਾਂ ਨੂੰ ਸਭ ਕਿਸਗਾ, ਜੋਦੇ ਤੁਰੇ ਅਰਦਾਸਾ ਸੋਲ ਕੇ ਗਏ ਜੰਗ ਦੇ ਮੈਦਾਨ ਵਿੱਚ ਆ, ਫੇਰ ਖੰਡੇ ਤੇ ਖੰਡਾ ਖੜਕਿਆ, ਸਿੰਘਾਂ ਦਿੱਤੀ ਬਿਜਲੀ ਚਮਕਾ, ਸੀਸ ਲੱਤ ਗਿਆ ਬੁੱਢੇ ਸ਼ੇਰ ਦਾ, ਫਿਰ ਲੜਦੇ ਲੜਦੇ ਦਾ ਫਿਰ ਕੀਤਾ ਹੋਇਆ ਬਚਨ ਪਗਾਉਣ ਲਈ, ਲਿਆ ਤਲੀ ਉੱਤੇ ਸੀਸ ਨੂੰ ਟਿਕਾ, ਜਮਸ਼ੇਰ ਵਾਲਿਆ ਬਾਬਾ ਦੀਪ ਸਿੰਘ ਨੇ ਦਿੱਤਾ ਭੇਟਾ, ਸੀਸ ਚੜਾ ਰਹਿੰਦੀਆਂ ਜੋਧਿਆ ਤੇਰੀਆਂ, ਜੱਗ ਵਿੱਚ ਰਹਿੰਦੀਆਂ ਦੀਪ ਸਿੰਘਾਂ ਤੇਰੀਆਂ, ਬਹੁਤ ਵਧੀਆ ਜੀ। ਹਰਜੀਤ ਸਿੰਘ ਜੀ ਬਹੁਤ ਵਧੀਆ, ਬਹੁਤ ਮਿਹਰਬਾਨੀ, ਹਾਜ਼ਰੀ ਲਵਾਉਂਦੇ ਹੋ ਤੁਸੀਂ ਟਾਈਮ ਕੱਢ ਕੇ, ਤੁਹਾਡਾ ਬਹੁਤ ਧੰਨਵਾਦ। ਵਾਕਈ ਫਿਰ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕਹੇ ਤੇ ਪੁਰਜਾ ਪੁਰਜਾ ਕੱਟ ਮਰ ਕਬੂ ਨਾ ਛੱਡੇ। ਕਬੀਰ ਜੀ ਨੇ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਸੋ ਇਹ ਉਹਨਾਂ ਸੂਰਿਆਂ 'ਚੋਂ ਨੇ ਜਿਹਨਾਂ ਬਾਰੇ ਇਹ ਗੱਲਾਂ ਕਹੀਆਂ ਗਈਆਂ ਨੇ ਜੀ। ਮਿਹਰਬਾਨੀ ਬਹੁਤ ਤੁਹਾਡੀ, ਓਕੇ ਬਹੁਤ ਮਿਹਰਬਾਨੀ ਜੀ। ਸੋ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋਣ ਦੇ ਨੇੜੇ ਹੈਗਾ, ਕੱਲ੍ਹਾਂ ਹੋਰ ਆਪਾਂ ਅੱਜ ਨਹੀਂ ਲੈਂਦੇ, ਗੱਲਬਾਤ ਕਰਦੇ ਹਾਂ ਵੀ ਬਾਬਾ ਦੀਪ ਸਿੰਘ ਜੀ ਦਾ ਬੜੀ ਵਧੀਆ ਗੱਲਬਾਤ ਹੋਈ ਹੈ, ਬੜੀ ਵਧੀਆ ਜਾਣਕਾਰੀ ਮਿਲੀ ਸਾਨੂੰ ਇਤਿਹਾਸ ਦੀ, ਅਤੇ ਨਾਲ ਦੀ ਨਾਲ ਅਸੀਂ ਸੰਗੀਤ ਦੀ ਗੱਲ ਕਰੀਏ ਤਾਂ ਸੰਗੀਤ ਜਿਹੜਾ ਉਹਦੀ ਵੀ ਨਾਲ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਗੱਲ ਜਿਹੜੀ ਉਹ ਕਰ ਰਹੇ ਸੀਗੇ। ਸੋ ਮੈਂ ਸਮਝਦਾ ਵੀ ਅਖੀਰ ਦੇ ਵਿੱਚ ਇੱਕ ਉਹਨਾਂ ਦਾ ਗੀਤ ਬੜਾ ਹੋਰ ਸੀ, ਅੱਖੀਆਂ ਉਡੀਕਦੀਆਂ ਲੱਗਦਾ ਨਾ ਜੀਵੇ, ਉੱਥੇ ਜਾ ਕੇ ਬਹਿ ਗਏ ਅਤੇ ਉੱਥੇ ਤੇ ਰਕੀ ਵੇ। ਸੋ ਬੜਾ ਵਧੀਆ ਗੀਤ ਹੈਗਾ, ਬੜੀ ਵਧੀਆ ਕੁਆਲੀ ਹੈਗੀ ਇਹ, ਜਿਹੜੀ ਕਿ ਬਹੁਤ ਸਪੋਰਟ ਉੱਪਰ ਹੋਟੇ ਹੋਈ, ਬਹੁਤ ਕੁਆਲੀਆਂ ਹੋਰ ਵੀ ਨੇ, ਬਹੁਤ ਗੀਤ ਹੋਰ ਵੀ ਨੇ। ਗੱਲ ਕਰੀਏ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਬੜਾ ਗਾਇਆ, ਬਾਬਾ ਬੁੱਲੇ ਸ਼ਾਹ ਨੂੰ ਬੜਾ ਗਾਇਆ, ਸੋ ਤੁਸੀਂ ਇਸ ਗੀਤ ਦਾ ਆਨੰਦ ਮਾਣੋ, ਮੈਨੂੰ ਆਗਿਆ ਦਿਓ ਜੀ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਮੇਰਾ ਸੈੱਲ ਨੰਬਰ ਤੁਹਾਡੇ ਕੋਲ 209-450-33-62। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।